ਧੰਨਵਾਦ ਕਰਾਂਗੇ ਗਗਨ ਭਾਈ ਲੱਕੀ ਢਾਬੇ ਵਾਲੇ ਹਨੀ ਮਹਾਜਨ ਜੀ ਦਾ ਅਸੀਂ ਧੰਨਵਾਦ ਕਰਾਂਗੇ ਉੱਥੇ ਸ਼ਿਗਾਰਾ ਸਿੰਘ ਜੀ ਪੰਨੂ ਮੈਂਬਰ ਬਲਾਕ ਸੰਮਤੀ ਰੁਪਿੰਦਰ ਸਿੰਘ ਜੀ ਰਾਜਾ ਇਟਲੀ ਇਹਨਾਂ ਸ਼ਖਸੀਅਤਾਂ ਦਾ ਵੀ ਧੰਨਵਾਦ ਜਿੱਥੇ ਵਰਲਡ ਕੱਪ ਦੇ ਵਿੱਚ ਖੇਡਣ ਵਾਲੀਆਂ ਕੁੜੀਆਂ ਦੀ ਟੀਮ ਜਿਹੜੀ ਹੈ ਇੱਥੇ ਪਹੁੰਚ ਚੁੱਕੀ ਹੈ ਕਬੱਡੀ ਕੋਚ ਕੁਲਵਿੰਦਰ ਸਿੰਘ ਜੀ ਨੇਟਾ ਟੀਮਾਂ ਲੈ ਕੇ ਹਾਜ਼ਰ ਨੇ ਸੋ ਮੈਂ ਬੇਨਤੀ ਕਰਾਂਗਾ ਪ੍ਰਬੰਧਕਾਂ ਨੂੰ ਕਿ ਸਮਾਂ ਬਹੁਤ ਹੋ ਚੁੱਕਾ ਹੈ ਆਪਾਂ ਸਮੇਂ ਨੂੰ ਪਛਾਣਦੇ ਹੋਏ ਮੈਚਾਂ ਦੀ ਸਟਾਰਟਿੰਗ ਜਿਹੜੀ ਕਰੀਏ ਸਾਡੇ ਦਲਵੀਰ ਸਿੰਘ ਜੀ ਦੀਰਾ ਬਲਪੁਰੀਆਂ ਵਾਲੇ ਸੰਤੋਖ ਸਿੰਘ ਜੀ ਢੱਲੂ ਅੰਤਰਰਾਸ਼ਟਰੀ ਲੈਵਲ ਦੇ ਖਿਡਾਰੀ ਉਹ ਬਤੌਰ ਰੈਫਰੀ ਸੇਵਾਵਾਂ ਨਿਭਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਹਾਜ਼ਰ ਨੇ ਉੱਥੇ ਸੇਵਕ ਮਾਣੂ ਕੇ ਗਿੱਲ ਵਾਲਾ ਆਪਣਾ ਕੈਮਰਾ ਫਿੱਟ ਕਰਕੇ ਤਿਆਰ ਹੈ ਅੱਜ ਦੇ ਖੇਡ ਮੇਲੇ ਦੀ ਗੱਲ www ਕਬੱਡੀ 365.com ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਇਹ ਖੇਡ ਮੇਲਾ ਦਿਖਾਇਆ ਜਾਵੇਗਾ ਅੱਜ ਕਬੱਡੀ ਦੀਆਂ ਗੱਲਾਂ ਹੋਣੀਆਂ ਕਿ ਪੰਜਾਬੀਆਂ ਦੀ ਖੇਡ ਹੈ ਨਿਆਰੀ ਮੇਰੇ ਵੀਰਿਓ ਜੋ ਜੱਗ ਉੱਤੇ ਖੁਦ ਨੂੰ ਕਬੱਡੀ ਅਖਵਾਉਂਦੀ ਹੈ ਚੁਸਤੀ ਦੇ ਨਾਲ ਜਿਹਦੇ ਵਿੱਚ ਰੇਡਾਂ ਪੈਂਦੀਆਂ ਖਿਡਾਰੀਆਂ ਦੇ ਕੋਲੋਂ ਉਂਝ ਜ਼ੋਰ ਵੀ ਲਵਾਉਂਦੀ ਹੈ ਇਹਦੇ ਵਿੱਚ ਪੂਰਾ ਪੂਰਾ ਕੰਮ ਤਕਨੀਕ ਦਾ ਇੱਕ ਛੋਟੀ ਜਿਹੀ ਬੱਚੀ ਦੰਦਾਂ ਦੇ ਨਾਲ ਇੱਟਾਂ ਚੱਕ ਕੇ ਦਿਖਾਲੇਗੀ ਇੱਕ ਛੋਟੀ ਜਿਹੀ ਬੱਚੀ ਤਾੜੀਆਂ ਮਾਰ ਦਿਓ ਉਸ ਬੱਚੀ ਦੇ ਨਾਂ ਤੇ ਉੱਥੇ ਮਨਜੀਤ ਸਿੰਘ ਜੀ ਖਾਲਸਾ ਪੰਨੂ ਸਾਹਿਬ ਜਿਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਵੀ ਮੈਦਾਨ ਦੇ ਵਿੱਚ ਪਹੁੰਚ ਚੁੱਕੇ ਹੈ ਸਰਦਾਰ ਮਨਜੀਤ ਸਿੰਘ ਜੀ ਪੰਨੂ ਜਿਹੜੇ ਖਾਲਸਾ ਕਬੱਡੀ ਕਲੱਬ ਜਲੰਧਰ ਦੀ ਟੀਮ ਚਲਾਉਂਦੇ ਹੈ ਉਹ ਆਪਣੀਆਂ ਟੀਮਾਂ ਲੈ ਕੇ ਹਾਜ਼ਰ ਨੇ ਉੱਥੇ ਡਾਕਟਰ ਬਲਵੀਰ ਸਿੰਘ ਜੀ ਭੈਣੀ ਵਾਂਗਰ ਵਾਲੇ ਮੇਜਰ ਹਿੰਦੁਸਤਾਨੀ ਨੇ ਵੀ ਆਪਣਾ ਸਟੰਟ ਬੁਲਟ ਮੋਟਰਸਾਈਕਲ ਦੇ ਦਿਖਾ ਲੈਣਾ ਹੈ ਮੇਜਰ ਹਿੰਦੁਸਤਾਨੀ ਹਿੰਦੁਸਤਾਨ ਦਾ ਪ੍ਰਸਿੱਧ ਕਲਾਕਾਰ ਹੈ ਹਾਂਜੀ ਗਰਾਊਂਡ ਜਿਹੜੀ ਆਪਾਂ ਨੇ ਖਾਲੀ ਰੱਖਣੀ ਹੈ ਦੋ ਰੈਫਰੀ ਇੱਕ ਮੈਚ ਰੈਫਰੀ ਤੇ ਇੱਕ ਟਾਈਮ ਕੀਪਰ ਕਿਉਂਕਿ ਖੇਡ ਮੇਲਾ
हां जी, एक पास यूएस की जूनियर टीम है खेल मैदान दे विच पहुंच वे, दूजे पास यफरवाल पिंड दीआं बच्चियां जिहड़ियां है उन्हां नाल खेडण गईआं। सो मैं बेनती करना दोरियां दी जिहड़ी टीम है ਉਹ ਜਲਦੀ ਤੋਂ ਜਲਦੀ ਮੈਦਾਨ ਦੇ ਵਿੱਚ ਟੀਮ ਹੈ ਉਹ ਦੇ ਵਿੱਚ ਆ ਜਾਵੇ। ਇੱਕ ਪੌਂਡ ਤੇ ਮੇਰੇ ਵਿਚਕਾਰ ਜਿੰਨੇ ਮੇਰੇ ਵੀਰ ਖੜੇ ਆ ਪਾਸੇ ਹਰ ਜਾਓ ਪਲੀਜ਼, ਕਿਉਂਕਿ ਕੱਟ ਵੱਜਦੀ ਹੈ, ਰੇਂਜ ਵਿੱਚ ਪ੍ਰੋਬਲਮ ਆਉਂਦੀ ਹੈ। ਜਿੰਨੇ ਮੇਰੇ ਵੀਰ ਸਟੇਜ ਦੇ ਖੱਬੇ ਹੱਥ ਖੜੇ ਹੈ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਸਾਈਡ ਤੇ ਹੋ ਜਾਈਏ, ਸਾਊਂਡ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਜਿੰਨੇ ਵੀ ਮੇਰੇ ਵੀਰ ਜਿਹੜੇ ਹੈ ਉਹ ਸਾਊਂਡ ਤੇ ਮੇਰੇ ਵਿਚਕਾਰ ਖੜੇ ਹੈ ਜਲਦੀ ਤੋਂ ਜਲਦੀ ਪਾਸੇ ਹਟ ਜਾਓ। ਇੱਕ ਪਾਸੇ ਅਮਰੀਕਾ ਦੀ ਜੂਨੀਅਰ ਟੀਮ ਹੈ ਤੇ ਦੂਜੇ ਪਾਸੇ ਯਫਰਵਾਲ ਦੀਆਂ ਬੱਚੀਆਂ ਦੇ ਵਿਚਕਾਰ ਇਹ ਸ਼ੋ ਮੈਚ ਜਿਹੜਾ ਖੇਡਿਆ ਜਾਣਾ ਹੈ। ਕਬੱਡੀ ਵਿੱਚ ਜ਼ੋਰ ਦਿਖਾਉਣ ਧੀਆਂ ਰਾਣੀਆਂ, ਰੇਡਾ ਪਾਉਣ ਤੇ ਜੱਫੇ ਲਾਉਣ ਧੀਆਂ ਰਾਣੀਆਂ। ਕਬੱਡੀ ਕੱਪ ਜਦੋਂ ਸਰਕਾਰ ਕਰਾਉਂਦੀ ਆਲਟੋ ਕਾਰਾਂ ਜਿੱਤ ਕੇ ਲਿਆਉਣ ਧੀਆਂ ਰਾਣੀਆਂ। ਅਮਰੀਕਾ ਦੀਆਂ ਬੱਚੀਆਂ ਨੂੰ ਬੇਨਤੀ ਹੈ ਕਿ ਉਹ ਵਾਰਮ ਅਪ ਹੋ ਕੇ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ। ਅਮਰੀਕਾ ਦੀਆਂ ਜੂਨੀਅਰ ਬੱਚੀਆਂ ਅੱਜ ਗਗਨਦੀਪ ਸਿੰਘ ਜੀ ਸਰਪੰਚ ਸਾਹਿਬ ਦੇ ਸੱਦੇ ਤੇ ਅਮਰੀਕਾ ਦੀ ਧਰਤੀ ਤੋਂ ਹਾਂਜੀ ਅਮਰੀਕਾ ਦੀ ਧਰਤੀ ਤੋਂ ਇਹ ਟੀਮ ਪਹੁੰਚੀ ਹੈ। ਤਾੜੀਆਂ ਮਾਰ ਦਿਓ ਅਮਰੀਕਾ ਦੀਆਂ ਬੱਚੀਆਂ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਿਆ ਹੋਇਆ, ਸਾਰੀਆਂ ਦੀਆਂ ਸਾਰੀਆਂ ਨੇ ਸਿੱਖੀ ਦੇ ਨਾਲ ਜੁੜੀਆਂ ਹੋਈਆਂ। ਤਾੜੀਆਂ ਮਾਰ ਦਿਓ ਇਹਨਾਂ ਬੱਚੀਆਂ ਦੇ ਲਈ ਕਿ ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪਲਾ ਗਿਆ, ਮੋਈ ਹੋਈ ਹਿੰਦ 'ਚ ਦੁਬਾਰਾ ਜਾਨ ਪਾ ਗਿਆ। ਇੱਟਾਂ ਜਦੋਂ ਲਾਲਾਂ ਦੀਆਂ ਛਾਤੀਆਂ ਤੇ ਰੱਖੀਆਂ, ਹਾਏ ਰੱਬਾ ਮੌਤ ਨੇ ਵੀ ਮੀਟ ਲਈਆਂ ਅੱਖੀਆਂ, ਆਪ ਰਿਹਾ ਹੱਸਦਾ ਤੇ ਲੋਕਾਂ ਨੂੰ ਰੁਆ ਗਿਆ, ਪਤਾ ਨਹੀਂ ਕੀ ਬਾਟੇ ਵਿੱਚ ਘੋਲ ਕੇ ਪਲਾ ਗਿਆ। ਇਹਨਾਂ ਸਾਰੀਆਂ ਬੱਚੀਆਂ ਨੇ ਠੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਹੈ ਜਿਨ੍ਹਾਂ ਨੇ ਮੈਚ ਖੇਡਣਾ। ਇੱਕ ਪਾਸੇ ਜਫਰਵਾਲ ਦੀਆਂ ਬੱਚੀਆਂ ਤੇ ਦੂਏ ਪਾਸੇ ਅਮਰੀਕਾ ਦੀ ਧਰਤੀ ਤੋਂ ਇਹ ਬੱਚੀਆਂ ਆਈਆਂ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ, ਉਹਨਾਂ ਦੇ ਵਿਚਕਾਰ ਇਹ ਮੈਚ ਖੇਡਿਆ ਜਾਣਾ ਹੈ। ਹਾਂਜੀ, ਇੱਕ ਬੁਲਟ ਮੋਟਰਸਾਈਕਲ ਜਿਹੜਾ ਮੈਦਾਨ ਦੇ ਵਿੱਚ ਅੱਪੜਦਾ ਕੀਤਾ ਜਾਵੇ। ਮੇਜਰ ਹਿੰਦੁਸਤਾਨੀ ਨੇ ਬੁਲਟ ਦਾ ਸ਼ੋ ਕਰਨਾ। ਮੈਂ ਬੇਨਤੀ ਕਰਾਂਗਾ ਪ੍ਰਬੰਧਕਾਂ ਨੂੰ ਕਿ ਇੱਕ ਬੁਲਟ ਮੋਟਰਸਾਈਕਲ ਜਿਹੜਾ ਉਹ ਮੈਦਾਨ ਦੇ ਵਿੱਚ ਅੱਪੜਦਾ ਕੀਤਾ ਜਾਵੇ। ਸਾਡੇ ਸਰਪੰਚ ਸਰਦਾਰ ਗਗਨਦੀਪ ਸਿੰਘ ਜੀ ਲਿਲ ਤੋਂ ਖੁਸ਼ ਹੋ ਕੇ, ਛੱਬਾ ਮੂਲਿਆਂਵਾਲ, ਦਲਵੀਰ ਚਾਲ ਜੀ, ਹਰਪ੍ਰੀਤ ਬਾਬਾ ਮੱਗਰ ਜੀ ਬੱਬਰੀ ਵਾਲੇ, ਦੀਪਾ ਕੈਲੇ ਗਲਾਂ ਤੇ ਸ਼ਨੀ ਸ਼ੀਨਾ ਜੀ, ਬਹੁਤ ਸਾਰਾ ਮਾਣ ਪੰਜਾਬੀ ਮਾਂ ਬੋਲੀ ਦਾ ਕਬੱਡੀ ਦੇ ਬੋਲਾਂ ਦਾ ਕਰਦੇ ਹੋਏ। ਪੀਬੀਐਮ 1806 ਕਿਸੇ ਮੇਰੇ ਵੀਰ ਦਾ ਬੁਲਟ ਮੋਟਰਸਾਈਕਲ ਹੈ, ਉਹ ਕਿਰਪਾ ਕਰਕੇ ਮੈਦਾਨ ਦੇ ਵਿੱਚ ਲਿਆਂਦਾ ਜਾਵੇ। ਮੇਜਰ ਹਿੰਦੁਸਤਾਨੀ ਨੇ ਮੈਡਮ ਜੋਤੀ ਦੇ ਨਾਲ ਰਲ ਕੇ ਸ਼ੋ ਕਰਨਾ। ਮੇਰੇ ਕਿਸੇ ਵੀਰ ਦਾ ਮੋਟਰਸਾਈਕਲ ਖੜਾ ਹੈ ਪੀਬੀਐਮ 1806, ਕਿਰਪਾ ਕਰਕੇ ਉਹ ਮੋਟਰਸਾਈਕਲ ਜਿਹੜਾ ਉਹ ਮੈਦਾਨ ਦੇ ਵਿੱਚ ਲਿਆਂਦਾ ਜਾਵੇ। ਪੀਬੀਐਮ 1806 ਜਿਹੜੇ ਵੀ ਮੇਰੇ ਵੀਰ ਦਾ ਮੋਟਰਸਾਈਕਲ ਹੈ ਉਹ ਮੈਦਾਨ ਦੇ ਵਿੱਚ ਲਿਆਂਦਾ ਜਾਵੇ। ਜਿਹੜੇ ਵੀ ਮੇਰੇ ਵੀਰ ਦਾ ਮੋਟਰਸਾਈਕਲ ਹੈ, ਮੈਂ ਫਿਰ ਬੇਨਤੀ ਕਰਾਂਗਾ ਕਿ ਬੁਲਟ, ਮੈਨੂੰ ਪਤਾ ਬੁਲਟ ਤੇ ਮੋਟਰਸਾਈਕਲ 'ਚ ਫਰਕ ਬੜਾ, ਉਹਦਾ ਤਾਂ ਹੀਰੋ ਹਾਂਡੇ ਤੇ ਵੀ ਇਹ ਕਰਦਾ ਰਿਹਾ, ਪਰ ਹੁਣ ਬੁਲਟ ਤੇ ਕਰਦਾ ਮੇਜਰ ਹਿੰਦੁਸਤਾਨੀ। ਹਿੰਦੁਸਤਾਨ ਦਾ ਪ੍ਰਸਿੱਧ ਕਲਾਕਾਰ ਹੈ, ਜਿਹਨੇ ਕਹਿੰਦੇ ਨੇ ਕਿ ਕਦੀ ਲਾਹੌਰ ਤੋਂ ਲੁਧਿਆਣੇ ਤੱਕ ਖੜਾ ਹੋ ਕੇ ਮੋਟਰਸਾਈਕਲ ਚਲਾਇਆ। ਅੱਜ ਮੇਜਰ ਹਿੰਦੁਸਤਾਨੀ ਲੇਲਾਂ ਦੀ ਧਰਤੀ ਤੇ ਸ਼ੋ ਕਰੇਗਾ ਤੇ ਸਾਹਮਣੇ ਅਮਰੀਕਾ ਦੀਆਂ ਬੱਚੀਆਂ, ਤਾੜੀਆਂ ਮਾਰ ਦਿਓ ਜਿਨ੍ਹਾਂ ਨੇ ਠੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ। ਦੂਏ ਪਾਸੇ ਜਫਰਵਾਲ ਦੀਆਂ ਧੀਆਂ
के चार दिन मौजा माण के लाके सुखां दे समुंदरां च तारी आला माए सांभ कुंजियां धियां कर चलियां सरदारी आला माए सांभ कुंजियां। मेरी जिंदगी दे परम प्यारे मित्र ने डॉक्टर जसवंत सिंह जी जफरवाल वाले प्रीतजाल दे पिता जी उन्हां दी तैयार कीती हुई टीम ते दूजे पासे अमेरिका दियां बच्चियां कबड्डी खेडण गईआं। अज लेलां दी धरती दे बड़े इतिहासक पल ने बड़े वधिया समां अज खेड कबड्डी दी गल लेलां दी धरती ते हो रही है कि करदे पंजाबी ने कबड्डी नूं प्यार कबड्डी उत्तों दिल जान बार दी नन्नी गोपालपुरिया मनजीत सिंह कहिंदे नन्नी भी पहुंच गया है जिन्ने कहिंदे ने कि अनाट 11 ट्रैक्टर जिहड़ा रूमी दे खेड मेले चों जित्तिया है फोर्ड ट्रैक्टर जिहड़ा उह सैदोवाल दे खेड मेले चों जित्तिया है लंडी जीप जिहड़ी आ धूरो दे खेड मेले चों जित्ती है इसे तरह पछुआणे दे खेड मेले चों आल्टो कार जित्ती है बद्दोवाल दे खेड मेले चों आल्टो कार जित्ती है कि हुण तक 18 मोटरसाइकल वख वख कबड्डी कप्पां चों जित चुका दुनिया का महान खिडारी नन्नी गोपालपुरिया। जे कबड्डी नूं प्यार करदे हो ते गोपालपुरिए नन्नी दे नां ते ताड़ियां मार दिओ। अज नन्नी दी गल होणी है उत्थे सुखा पंडाल जिहने कहिंदे कि कनेडा दे विच ब्रिटिश कोलंबिया दे मैदानां च $4500 का जफ्फा लाया धालीवाल जिला कपूरथला दे विच 2.5 लाख का जफ्फा लाया मनजीत सिंह नडाले दे कबड्डी कप दे विच 3 लाख का जफ्फा लाया। जे सुखे पंडाल नूं प्यार कर दिओ ते ताड़ी एक बारी फिर मार दिओ दुनिया दे महारथी अज इत्थे खेडणगे जिन्हां दा पूरे जहान दे उत्ते वड्डा नाम है कि नामी बंदे दुनिया ते कदी कदी जमदे नित जमदे ने जो ना हुंदे किसे कम दे नामी बंदे दुनिया ते कदी कदी जमदे। एक पासे अमेरिका दियां बच्चियां ते दूए पासे जफरवाल दियां बच्चियां दोहां टीमां दे विचकार इह शो मैच जिहड़ा खेडिया जाएगा कुड़ियां भी कबड्डी दे विच हुण वड्डा नाम ना खटदियां जागे उत्ते खेडण कबड्डी कुड़ियां जागे उत्ते खेडण कबड्डी कुड़ियां पुत्तां वांगू रेड विच मैदानां दे पाउंदियां देशां दे विदेशां विच नाम चमकाउंदियां हंदियां च मारदियां अड्डी कुड़ियां जागे उत्ते खेडण कबड्डी कुड़ियां जागे उत्ते खेडण कबड्डी कुड़ियां। मनजीत सिंह आओ मैनूं वाहेगुरु लगदी है जिहड़ी वर्ल्ड कप दे विच खेडी है 3 बार वर्ल्ड कप खेडी है वाहेगुरु। पाल कौर अमेरिका दी बच्ची है जिन्हें वड्डे मैच दे विच खेडणा है। एक पासे जफरवाल दियां बच्चियां ते दूए पासे अमेरिका दियां बच्चियां संतोख सिंह ढल्लू साहब पंजाबी समझ लैंदियां कि नहीं दोनों दे विचकार ताड़ियां मार दिओ दर्शक वीरो ताड़ियां मार दिओ। खबे हाथ जफरवाल पंजाब की टीम है लोकल टीम ते दूए पासे अमेरिका दिया बच्चियां अमेरिका की बच्ची ने सतगुर नूं ध्याया मैं नीमा मेरा मुरशद उच्चा असी उच्चियां दे संग लाई। उधर जफरवाल की कुड़ी जफा लाउण दा जतन करती हुई पॉइंट रेडर के खाते दे विच पॉइंट अमेरिका के खाते दे विच जुड़ गया। अगली रेड जफरवाल की बच्ची ने रेड पाउण की तैयारी की है कि पुत्तां वांगू रेडा पाउंदियां पुत्तां वांगू जफे लाउंदियां विच खेड मैदानां दे वड़ के पूरी पूरी अत कराउंदियां। उधर अमेरिका की बच्ची ने जफा लाउण दा जतन किया कोई गल नहीं खालसा जी उही जित दे वाजी विच दुनिया जिहड़े जितण लई वाजियां हारदे ने उठ खालसा गुरु दे लाल तैनू बाजा बित सरहंद दे मार दे ने
ਜਫਰਵਾਲ ਦੀ ਮਟਿਆਰ ਨੇ ਜਫਾ ਲਾਤਾ ਹੋ ਗਈ ਆ ਬੱਲੇ 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 ਹੁਰ 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 ਤਾੜੀਆਂ ਮਾਰਦੇ ਉਹਨਾਂ ਬੱਚੀਆਂ ਦੇ ਨਾਂ ਤੇ ਯਾਫੀ ਦਾ ਲਗਭਗ ਹੋ ਗਿਆ ਉਧਰ ਵਾਹਿਗੁਰੂ ਨੇ ਫੋਟੋ ਖਿੱਚ ਲਈ ਹੈ ਵਾਹਿਗੁਰੂ ਵਾਹਿਗੁਰੂ ਹੀ ਛਡਾਊ ਹੁਣ ਤੇ ਉਧਰ ਥੰਧਿਆ ਲੱਗ ਗਏ ਲੱਗਦਾ ਹੋਇਆ ਜ਼ੋਰ ਪੁਆਇੰਟ ਯਾਫੀ ਦੇ ਖਾਤੇ ਦੇ ਵਿੱਚ ਪੁਆਇੰਟ ਜਫਰਵਾਲ ਦੇ ਖਾਤੇ 'ਚ ਉਹਨਾਂ ਲਈ ਵੀ ਤਾੜੀਆਂ ਮਾਰਨੀਆਂ ਉਹ ਵੀ ਆਪਣੀਆਂ ਬੱਚੀਆਂ ਜਫਰਵਾਲ ਦੀ ਬੱਚੀ ਅਗਲੀ ਰੇਡ ਪਾਉਂਦੀ ਹੋਈ ਕਿ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀਏ ਤੇਰੀ ਕਬੱਡੀ ਨੂੰ ਗਹੁ ਨਾਲ ਤੱਕੀਏ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀਏ ਛੋਟੀ ਜਿਹੀ ਬੱਚੀ ਟਵਿੰਕਲ ਟਵਿੰਕਲ ਲਿਟਲ ਸਟਾਰ ਹਾਉ ਆਰ ਬੰਡਰ ਵਟ ਯੂ ਆਰ ਕੌਣ ਇਸ ਬੱਚੀ ਨੂੰ ਜੱਫਾ ਲਾਵੇਗਾ ਇਹ ਸਮੇਂ ਦੀ ਗੱਲ ਹੋਣੀ ਹੈ ਇਹ ਵਕਤ ਦੀ ਗੱਲ ਹੋਣੀ ਹੈ ਚਾਰ ਮਟਿਆਰਾਂ ਜਫਰਵਾਲ ਦੀਆਂ ਮਾਰਿਆ ਹੋਇਆ ਟੱਚ ਅੱਜ ਗਗਨ ਸਰਪੰਚ ਖੁਸ਼ ਹੈ ਕਿ ਮੇਰੇ ਪ੍ਰਬੰਧ ਜਿਹੜੇ ਹੈ ਉਹ ਸਫਲ ਹੋ ਗਏ ਆ 7 ਲੱਖ ਰੁਪਈਆ ਕਬੱਡੀ ਦੇ ਉੱਤੇ ਖਰਚਿਆ ਜਾ ਰਿਹਾ ਬਹੁਤ ਮਹਿੰਗੇ ਮੈਚ ਅੱਜ ਸਾਡੇ ਗੁਰਦੇਵ ਸਿੰਘ ਜੀ ਸ਼ਾਹੀ ਸਾਹਿਬ ਪੰਜਾਬੀ ਮਾਂ ਬੋਲੀ ਦਾ ਬਹੁਤ ਸਾਰਾ ਮਾਣ ਕਰਕੇ ਗਏ ਹੈ ਗੁਰਦੇਵ ਸਿੰਘ ਜੀ ਸ਼ਾਹੀ ਸਾਹਿਬ ਪੰਜਾਬੀ ਮਾਂ ਬੋਲੀ ਦਾ ਬਹੁਤ ਸਾਰਾ ਮਾਣ ਕਰਦੇ ਹੋਏ ਉੱਥੇ ਮਨਜੀਤ ਸਿੰਘ ਜੀ ਪੰਨੂ ਸਾਹਿਬ ਜਿਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ 2-3 ਸਾਲਾਂ ਤੋਂ ਮਨਜੀਤ ਸਿੰਘ ਤੇਰਾ ਵੱਡਾ ਸਹਿਯੋਗ ਹੈ ਗਗਨ ਸਰਪੰਚ ਦੇ ਨਾਲ ਇੱਧਰ ਜਫਰਵਾਲ ਦੀ ਬੱਚੀ ਅਗਲੀ ਰੇਡ ਪਾਉਂਦੀ ਹੋਈ ਉੱਧਰ ਜਫਾ ਲਾਉਣ ਦਾ ਯਤਨ ਤੇ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਆਹ ਦੇਖੋ ਪਿਆਰੀ ਜਿਹੀ ਬੱਚੀ ਲਈ ਤਾੜੀਆਂ ਮਾਰ ਦਿਓ ਤੇ ਸਾਹਮਣੇ 4 ਮਟਿਆਰਾਂ ਖੜੀਆਂ ਨੇ ਤੇ ਉੱਧਰ ਲੱਗਦਾ ਹੋਇਆ ਜਫਾ ਹੁਣ ਕਿੱਥੇ ਛੁੱਟਣਾ ਲੱਗਦਾ ਹੋਇਆ ਜ਼ੋਰ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ ਜੁੜ ਗਿਆ ਲੱਗਦਾ ਹੁਣ ਰੈਫਰੀ ਨੇ ਜਾਨ ਛਡਾਉਣੀ ਹੈ ਹੋਵੇ ਬਾਹ ਜਾਫੀ ਨੇ ਫੜੀ ਜਦੋਂ ਕੈਂਚੀ ਹੋਵੇ ਜੜੀ ਜਦੋਂ ਰੇਡਰ ਛੁੱਟਣੇ ਲਈ ਜ਼ੋਰ ਲਗਾਉਂਦਾ ਫਿਰ ਇਹੋ ਜਿਹੇ ਟਾਈਮ ਤੇ ਰੈਫਰੀ ਜਾਨ ਛਡਾਉਂਦਾ ਫਿਰ ਇਹੋ ਜਿਹੇ ਟਾਈਮ ਤੇ ਰੈਫਰੀ ਜਾਨ ਛਡਾਉਂਦਾ ਅਗਲੀ ਰੇਡ ਪਾਉਣ ਦੇ ਲਈ ਜਫਰਵਾਲ ਦੀ ਮਟਿਆਰ ਇਹ ਮਟਿਆਰਾਂ ਦੇਸ਼ ਪੰਜਾਬ ਦੀਆਂ ਕਬੱਡੀ ਵਿੱਚ ਨਾਮ ਬਣਾਉਂਦੀਆਂ ਨੇ ਮੁੰਡਿਆਂ ਵਾਂਗੂ ਸ਼ੇਰ ਬਣ ਕੇ ਖਿੱਚ ਖਿੱਚ ਕੇ ਰੇਡਾਂ ਪਾਉਂਦੀਆਂ ਨੇ ਮੁੰਡਿਆਂ ਵਾਂਗੂ ਦਲੇਰ ਬਣ ਕੇ ਵਿੱਚ ਮਦਾਨੇ ਜਫੇ ਲਾਉਂਦੀਆਂ ਨੇ ਵਿੰਨੀ ਸੋਹਣ ਇਹਨਾਂ ਦੇ ਲਈ ਲਿਖਦਾ ਕਿ ਮਾਣ ਕਬੱਡੀ ਚੋਂ ਵੱਡੇ ਲਿਆਉਂਦੀਆਂ ਨੇ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਪੁਆਇੰਟ ਅਮਰੀਕਾ ਦੇ ਖਾਤੇ ਦੇ ਵਿੱਚ ਜੁੜ ਗਿਆ ਜਫਰਵਾਲ ਦੀ ਰੇਡ ਪੈ ਗਈ ਹੈ ਸਾਹਮਣੇ ਅਮਰੀਕਾ ਦੀਆਂ 3 ਮਟਿਆਰਾਂ ਜਫਾ ਲਾਉਣ ਦਾ ਯਤਨ ਉਧਰ ਲੱਗ ਗਿਆ ਜਫਾ ਪੁਆਇੰਟ ਸਿਮਰ ਨੂੰ ਬੇਨਤੀ ਹੈ ਕਿ ਆਪਣੀ ਟੀਮ ਕਬੱਡੀ ਦੀ ਲੈ ਕੇ ਮੈਦਾਨ ਦੇ ਵਿੱਚ ਪਹੁੰਚੇ ਸਿਮਰ ਆਪਣੀ ਟੀਮ ਮੈਦਾਨ ਦੇ ਵਿੱਚ ਲੈ ਕੇ ਪਹੁੰਚੇ ਬੜੀ ਪਿਆਰੀ ਜਿਹੀ ਬੱਚੀ ਰੇਡ ਪਾਉਂਦੀ ਹੋਈ ਉਧਰ ਮਾਰਿਆ ਟੱਚ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਕੁੜੀਆਂ ਤੇ ਕੁੜੀਆਂ ਨੇ ਕੁੜੀਆਂ ਦਾ ਕੀ ਏ ਕੁੜੀਆਂ ਤੇ ਚਿੜੀਆਂ ਨੇ ਚਿੜੀਆਂ ਦਾ ਕੀ ਏ ਬਾਬਲ ਦੀ ਪਗੜੀ ਵੀਰਾਂ ਦੀ ਰੱਖੜੀ ਮਾਵਾਂ ਦੀ ਅੱਖੀਆਂ ਦਾ ਨੂਰ ਏ ਕੁੜੀਆਂ ਸਮਝ ਨਹੀਂ ਆਉਂਦੀ ਫਿਰ ਵੀ ਇਹ ਕਾਹਤੋਂ ਬੇਵੱਸ ਤੇ ਮਜਬੂਰ ਨੇ ਕੁੜੀਆਂ ਜਫਰਵਾਲ ਦੀ ਮਟਿਆਰ ਪੁਆਇੰਟ ਲੈਣ ਦੇ ਵਿੱਚ ਕਾਮਯਾਬ ਹੁੰਦੀ ਹੋਈ ਇੱਕ ਬਹੁਤ ਹੀ ਛੋਟੀ ਜਿਹੀ ਬੱਚੀ ਦੇਖਣ ਨੂੰ ਇੰਡੀਅਨ ਮੂਲ ਦੀ ਲੱਗਦੀ ਹੈ ਉਧਰ ਜਫਾ ਲਾਉਣ ਦਾ ਯਤਨ ਲੱਗ ਗਿਆ ਜਫਾ ਕੋਈ ਗੱਲ ਨਹੀਂ ਛੋਟੀ ਬੱਚੀ ਲਈ ਤਾੜੀਆਂ ਮਾਰਦੇ ਉਹਨੇ ਹੌਸਲੇ ਦੇ ਨਾਲ ਕਬੱਡੀ ਪਾਈ ਹੈ ਬੜੀ ਥੋੜੀ ਜਿਹੀ ਉਮਰ ਹੈ ਮੈਨੂੰ ਲੱਗਦਾ 10 ਜਾਂ 11 ਸਾਲ ਦੀ ਉਮਰ ਹੋਵੇਗੀ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਗਗਨ ਸਰਪੰਚ ਜੀ ਲੱਖ ਲੱਖ ਮੁਬਾਰਕਾਂ ਜਿਹੜੇ ਕੰਮ ਤੁਸੀਂ ਕੀਤੇ ਅੱਜ ਇਸ ਧਰਤੀ ਤੇ ਉਹ ਆਮ ਬੰਦਾ ਕਰ ਨਹੀਂ ਸਕਦਾ ਹਾਂਜੀ ਬਾਬਾ ਗਿੱਲ ਜੀ ਐਸੀ ਵਿੰਗ ਸਿਟੀ ਪ੍ਰਧਾਨ ਧਾਲੀਵਾਲ ਬਹੁਤ ਸਾਰਾ ਪੰਜਾਬੀ ਮਾਂ ਬੋਲੀ ਦਾ ਕਬੱਡੀ ਦੇ ਮਾਣ ਕਰਦੇ ਹੋਏ ਬਾਬਾ ਗਿੱਲ ਜੀ
सिटी प्रधान एसी विंग धालीवाल इधर पैंदी हुई रेड अमेरिका की रेड पै गई है चार मटियारा सामने है तकनीक दे नाल जफा लगता है जोर दे नाल जफा लगता है ये समय की गल होनी है उधर पट्टी हुई खुद लगता होया जोर तावे 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 लुधियाने स्टेशन ते जिहड़ा झिड़ी नूं घसीटी जावे काटो नूं न्याणा जम्मिया उहनूं दुध चुंगणा ना आवे बांदर बाबे दा कच्चे बेर ना खावे ताड़ी मार दिओ लगता होया जफा लगता होया जफा पॉइंट जाफी दे खाते दे विच पॉइंट जुड़ गया जफरवाल दे खाते दे विच अगलियां टीमां एक पासे सिमर दी टीम खेडणी है टीमां जल्दी तो जल्दी मैदान दे विच आ जाण उधर पै गई आ रेड लग गया जफा अमेरिका दी बच्ची ने जफा लाता है धौण ते हाथ नहीं रखना दलवीर सिंह तो गलत होया काम पॉइंट जाफी दे खाते विच साडे दलवीर सिंह जी पलपुरियां कबड्डी दे प्रसिद्ध रैफरी ने दलवीर जी माण है हरजीत बराड दे नाल तुसां ने कबड्डी खेडी है सामने लगदा होया जफा लग गई आ कैंची फड़िया गुट ते नाल ही कैंची हुंदी कैंची कबड्डी दा शिखर लोको नाल तकनीक दे जांदी है लाई कैंची छुटना रेडर दा मुश्किल हो जांदा जदों जाफी ने होवे पाई कैंची पॉइंट राजू तिब्बर जी गैस एजेंसी वाले साडे दरमियान पहुंचे है उन्हां दा इत्थे पहुंचण ते कोटनकोट धन्नवाद राजू तिब्बर जी गैस एजेंसी वाले जिथे गगनदीप सिंह जी लेल पिंड दे सरपंच जिथे गद्दी लेल स्पोर्ट्स क्लब दे प्रधान भी ने इस नगर दे सरपंच ने उत्थे जसवीर सिंह जी चाल साहब जगारा सिंह जी पन्नू मैंबर ब्लाक समिति बेका कनेडा गगू डबई हक भाजी आस्ट्रेलिया तो बहुत बड़ा योगदान कर रहे हैं पवन देवगन जी गैस एजेंसी वाले हरचरण सिंह जी टोना रिंकू मास्टर जी सुरजीत सिंह जी टेंकू जंबा रमन जफरवाल तो बहुत बड़ा सहयोग है डॉक्टर राम जी राणा मलिया टेंकू शर्मा घारी बिरकू योधा शेरू ते शम्मा लवली कुलतार ओकन कनेडा उत्थे गगनदीप सिंह जी सरपंच साहब दे चाचा जी गुरजीत सिंह जी चाचा जी दविंदर सिंह जी हजूर सिंह जी उत्थे गगनदीप सिंह जी दे पिता जी सरदार दरबारा सिंह जी गगन डबई नेकी लक्की ढाबा दे मालक हनी महाजन जी उत्थे राजा आस्ट्रेलिया साबी मल्ली साबी यूएसए ते मल्ली यूएसए इन्हां वीरां दा भी धन्नवाद करांगे ਸਾਡੇ ਅਮਨ ਭਾਜੀ ਸਿੰਘੋਵਾਲ ਤੋਂ ਇੱਥੇ ਪਹੁੰਚੇ ਹੈ ਉੱਥੇ ਬਾਬਾ ਜਾਨਕੀ ਦਾਸ ਜੀ ਜਿਨ੍ਹਾਂ ਦਾ ਵੱਡਾ ਆਸ਼ੀਰਵਾਦ ਹੈ ਇਸ ਮੇਲੇ ਤੇ ਉਹ ਵੀ ਪਹੁੰਚ ਚੁੱਕੇ ਆ ਜਿਨ੍ਹਾਂ ਦੀ ਸਰਪ੍ਰਸਤੀ ਥੱਲੇ ਇਹ ਸਾਰਾ ਮੇਲਾ ਹੋ ਰਿਹਾ ਹੈ ਉੱਥੇ ਇੱਕ ਹੋਰ ਸੂਚਨਾ ਹੈ ਕਿ ਸਨੀ ਸਿੰਘ ਨਾਂ ਦਾ ਇੱਕ ਲੋਕ ਗਾਇਕ ਹੈ ਧਾਰੀਵਾਲ ਦਾ ਜੰਪਲ ਹੈ ਗੱਭਰੂ ਜਿਹਦੇ ਗਾਏ ਹੋਏ ਗੀਤ ਦੀ कबड्डी गीत की अज शूटिंग होनी है फाइनल मैच के अखीरले मैच के गगन भाजी ते चाल भाजी के सहयोग के नाल एक गीत जिहड़ा रिकॉर्ड होना है गगन भाजी ते चाल भाजी के सहयोग के नाल गीत जिहड़ा रिकॉर्ड होगा जफरवाल के पॉइंट ने 12 जफरवाल के पॉइंट ने 13
अमेरिका दे 13.5 ਉੱਥੇ ਮਨਜੀਤ ਸਿੰਘ ਜੀ ਪੰਨੂ ਸਾਹਿਬ ਖੋਖਰ ਫੌਜੀਆਂ ਵਾਲੇ ਜਿਨ੍ਹਾਂ ਦਾ ਵੱਡਾ ਸਹਿਯੋਗ ਜਿਨ੍ਹਾਂ ਨੇ 2004 ਤੋਂ ਸ਼ੁਰੂ ਕੀਤਾ ਤੇ 2006 ਦੇ ਵਿੱਚ ਸਿੰਘਾਂ ਦੀ ਟੀਮ ਤਿਆਰ ਕੀਤੀ ਕਬੱਡੀ ਦੇ ਵਿੱਚ ਸਿੱਖੀ ਦਾ ਪ੍ਰਚਾਰ ਜੋ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਜਿੱਥੇ ਜਫਰਵਾਲ ਤੇ ਅਮਰੀਕਾ ਦਾ ਸ਼ੋ ਮੈਚ ਚੱਲਦਾ ਹੋਇਆ ਅਗਲਾ ਮੈਚ ਜਿਹੜਾ ਉਹ ਲੋਕਲ ਮੁੰਡਿਆਂ ਦਾ ਹੋਣਾ ਹੈ ਤੇ ਸਾਹਮਣੇ ਬੱਚੀ ਰੇਡ ਪਾਉਂਦੀ ਹੋਈ ਬੱਚੀ ਹੋਈ ਖੋਜ ਲੱਗਦਾ ਹੋਇਆ ਜਿੰਦਾ ਗੱਲ ਜਿਹੜੀ ਆ ਮੁਸ਼ਕਲ ਹੋ ਗਈ ਹੈ ਬੱਲੇ 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 ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ ਲਗਭਗ ਜੁੜ ਗਿਆ ਤਾੜੀ ਮਾਰ ਦਿਓ ਬੱਚੀ ਦੇ ਲਈ ਜਿਹਨੇ ਜੱਫਾ ਲਾਇਆ ਅਗਲੀ ਰੇਡ ਪਾਉਣ ਦੇ ਲਈ ਜਫਰਵਾਲ ਦੀ ਮਟਿਆਰ ਮੈਂ ਧੀਹਾਂ ਦੇਸ਼ ਪੰਜਾਬ ਦੀ ਮੈਂ ਆਪਣੇ ਬਾਬਲ ਦੀ ਸ਼ਾਨ ਮੈਨੂੰ ਪਤਾ ਬਾਬਲ ਦੀ ਪੱਗ ਦਾ ਮੇਰੇ ਤੇ ਕਰਦੀ ਅਮੜੀ ਮਾਣ ਉਹ ਜਸ ਜਿਸ ਵੇਲੇ ਮੈਂ ਕਬੱਡੀ ਖੇਡਦੀ ਉਦੋਂ ਹੁੰਦਾ ਖੁਸ਼ ਮੈਦਾਨ ਤੇ ਸਾਹਮਣੇ ਅਮਰੀਕਾ ਦੀ ਬੱਚੀ ਰੇਡ ਪਾਉਂਦੀ ਹੋਈ ਤੇ ਉੱਧਰ ਲੱਗਦਾ ਹੋਇਆ ਜਫਰਵਾਲ ਦਾ ਜੱਫਾ ਲੱਗਦੀ ਹੋਈ ਕੈਂਚੀ ਇਹ ਕੈਂਚੀ ਖੇਡ ਕਬੱਡੀ ਦਾ ਸਿਖਰਲਾ ਦਾਅ ਹੈ ਹੁਣ ਗੱਲ ਜਿਹੜੀ ਹੈ ਮੁਸ਼ਕਲ ਜੀ ਹੋ ਗਈ ਆ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਜਫਰਵਾਲ ਦੀ ਮਟਿਆਰ ਅਗਲੀ ਰੇਡ ਪਾਉਂਦੀ ਹੋਈ ਹੱਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਇਹ ਖੇਡ ਹੋਈ ਮਟਿਆਰਾਂ ਦੀ ਇਹ ਖੇਡ ਹੋਈ ਮਟਿਆਰਾਂ ਦੀ ਆਪਾਂ ਥੋੜ੍ਹਾ ਜਿਹਾ ਧਿਆਨ ਰੱਖਣਾ ਬੱਚੀਆਂ ਜਿਹੜੀਆਂ ਮੂਹਰੇ ਛੋਟੀਆਂ ਨੇ ਕਿਉਂਕਿ ਸਾਡੇ ਉਹ ਮਹਿਮਾਨ ਨੇ ਅਸੀਂ ਉਸੇ ਲੈਵਲ 'ਤੇ ਕਬੱਡੀ ਖਿਡਾਉਣੀ ਹੈ ਸਾਹਮਣੇ ਰੇਡ ਪੈਂਦੀ ਹੋਈ ਤੇ ਉੱਧਰ ਲੱਗਦਾ ਹੋਇਆ ਜੱਫਾ ਚੱਕਿਆ ਹੋਇਆ ਗਿੱਟਾ ਅਮਰੀਕਾ ਦੀ ਬੱਚੀ ਨੇ ਗਿੱਟਾ ਚੱਕ ਲਿਆ ਜੋਧਾ ਕਨੇਡਾ ਜੀ ਬਹੁਤ ਸਾਰਾ ਮਾਣ ਪੰਜਾਬੀ ਮਾਂ ਬੋਲੀ ਦਾ ਕਬੱਡੀ ਦੇ ਬੋਲਾਂ ਦਾ ਬਹੁਤ ਸਾਰਾ ਮਾਣ ਸਤਿਕਾਰ ਕਰਦੇ ਹੋਏ ਜੋਧਾ ਕਨੇਡਾ ਜੀ ਜਿੱਥੇ ਅੱਜ ਗਗਨਦੀਪ ਸਿੰਘ ਜੀ ਜਗਵੀਰ ਸਿੰਘ ਜੀ ਚਾਲ ਸਾਹਿਬ ਵੀ ਖੁਸ਼ ਨੇ ਜਿੱਥੇ ਅੱਜ ਵੱਡੇ ਸਹਿਯੋਗ ਨੇ ਬਿੱਕਾ ਕਨੇਡਾ ਗੁੱਗੂ ਡਬਈ ਹਾਕ ਆਸਟ੍ਰੇਲੀਆ ਪਵਨ ਦੇਵਗਨ ਜੀ ਗੈਸ ਏਜੰਸੀ ਵਾਲੇ ਹਰਚਰਨ ਸਿੰਘ ਜੀ ਟੋਨਾ ਰਿੰਕੂ ਮਾਸਟਰ ਸੁਰਜੀਤ ਸਿੰਘ ਜੀ ਟੈਂਕੂ ਜੰਬਾ ਰਮਨ ਜਫਰਵਾਲ ਡਾਕਟਰ ਰਾਮਜੀ ਰਾਣਾ ਮੱਲੀਆਂ ਟੈਂਕੂ ਸ਼ਰਮਾ ਘਾਰੀ ਬਿਰਕੂ ਜੋਧਾ ਸ਼ੇਰੂ ਸ਼ਮਾ ਲਵਲੀ ਤੇ ਕੁਲਤਾਰ ਜਿੱਥੇ ਮੇਰਾ ਵੀਰ ਓਪਨ ਕਨੇਡਾ ਤੋਂ ਬਹੁਤ ਵੱਡਾ ਸਹਿਯੋਗ ਕਰ ਰਿਹਾ ਸਾਬੀ ਯੂਐਸਏ ਤੋਂ ਮੱਲੀ ਯੂਐਸਏ ਤੋਂ ਬਹੁਤ ਵੱਡਾ ਸਹਿਯੋਗ ਕਰ ਰਿਹਾ ਜਿੱਥੇ ਅੱਜ ਸ਼ਿਕਾਰਾ ਸਿੰਘ ਜੀ ਪੰਨੂ ਸਾਹਿਬ ਜੋ ਕਿ ਬਲਾਕ ਸੰਮਤੀ ਦੇ ਮੈਂਬਰ ਨੇ ਉਹਨਾਂ ਦਾ ਵੱਡਾ ਸਹਿਯੋਗ ਹੈ ਰੁਪਿੰਦਰ ਸਿੰਘ ਜੀ ਜੋ ਗਗਨ ਜੀ ਦੇ ਵੀਰ ਜੀ ਨੇ ਗਗਨਦੀਪ ਜੀ ਦੇ ਚਾਚਾ ਜੀ ਗੁਰਜੀਤ ਸਿੰਘ ਜੀ ਦਵਿੰਦਰ ਸਿੰਘ ਜੀ ਹਜੂਰ ਸਿੰਘ ਜੀ ਉੱਥੇ ਗਗਨ ਦੇ ਪਿਤਾ ਜੀ ਦਰਬਾਰਾ ਸਿੰਘ ਜੀ ਉੱਥੇ ਗਗਨ ਡਬਈ ਦਾ ਧੰਨਵਾਦ ਕਰਾਂਗੇ ਲੱਕੀ ਢਾਬੇ ਵਾਲੇ ਹਨੀ ਮਹਾਜਨ ਜੀ ਦਾ ਧੰਨਵਾਦ ਤੇ ਸਾਹਮਣੇ ਰਿਤਪਾਲ ਸਿੰਘ ਜੀ ਚਾਲ ਕਨੇਡਾ ਬਹੁਤ ਵੱਡਾ ਸਹਿਯੋਗ ਹੈ ਉਹਨਾਂ ਦਾ ਜਿਹੜਾ ਅਸਲੀ ਵਧੀਆ ਜਾਫੀ ਹੈ ਉਹਦੇ ਵਾਸਤੇ 500 ਰੁਪਇਆ ਇਨਾਮ ਆ ਹਾਂਜੀ ਸਾਡੇ ਸਰਦਾਰ ਸਾਹਿਬ ਆਏ ਹੈ ਸੁਖਦੇਵ ਸਿੰਘ ਜੀ ਚਾਲ SDO ਸਾਹਿਬ ਕਹਿੰਦੇ ਆ ਕਿ ਜਿਹੜਾ ਵਧੀਆ ਜਾਫੀ ਹੋਵੇਗਾ ਮਨਜੀਤ ਸਿੰਘ ਜੀ ਪੰਨੂ ਸਾਹਿਬ ਮਨਜੀਤ ਸਿੰਘ ਜੀ ਪੰਨੂ ਸਾਹਿਬ ਤੁਸੀਂ ਦੇਖਣਾ ਕਿ ਇਸ ਮੈਚ ਦੇ ਵਿੱਚੋਂ ਸਭ ਤੋਂ ਵੱਧ ਜੱਫੇ ਕਿੰਨੇ ਲਾਏ ਹੈ ਸੁਖਦੇਵ ਸਿੰਘ ਜੀ SDO ਸਾਹਿਬ ਕਹਿੰਦੇ ਆ ਕਿ ਉਸ ਜਾਫੀ ਵਾਸਤੇ 500 ਰੁਪਇਆ ਹੋਵੇਗਾ ਤੇ ਸਾਹਮਣੇ ਲੱਗਦਾ ਹੋਇਆ ਜੱਫਾ ਹੰਦਿਆਂ ਲਾਗੇ ਮੁਕਾਬਲਾ ਰਾਣੇ ਸਿੱਧੂ ਨੇ ਵੀ ਫੋਟੋ ਖਿੱਚ ਲਈ ਹੈ ਜਦੋਂ ਹੰਦਿਆਂ ਲਾਗੇ ਆਉਣਾ ਉਦੋਂ ਪੂਰਾ ਜ਼ੋਰ ਲਗਾਉਣਾ ਦੇਣਾ ਹੱਥ ਮਾਰ ਹੰਦਿਆਂ ਨੂੰ ਫਿਰ ਧਰ ਦੀ ਬਾਜੀ ਕਾ ਲਾ ਕੇ ਕਰਨਾ ਪਾਰ ਹੰਦਿਆਂ ਨੂੰ ਅਗਲੀ ਰੇਡ ਪਾਉਣ ਦੇ ਲਈ
ਜਫਰਵਾਲ ਦੀ ਮਟਿਆਰ ਬਿਲਕੁਲ ਤਿਆਰ ਬਰ ਤਿਆਰ ਅੱਗੇ ਨੂੰ ਵੱਧ ਕੇ ਰੇਡ ਪਾਈ ਆ। ਚਲੋ ਕਿ ਚੱਲਣਾ ਹੀ ਜ਼ਿੰਦਗੀ ਹੈ, ਵਧੋ ਕੇ ਵਧਣਾ ਹੀ ਜ਼ਿੰਦਗੀ ਦਾ ਪਹਿਲਾ ਪੜਾ। ਉਧਰ ਅਮਰੀਕਾ ਦੀ ਬੱਚੀ ਜਿਹਨੇ ਲਾਤਾ ਜੱਫਾ, ਗੱਲ ਮੁਸ਼ਕਲ ਜੀ ਹੋਈ ਪਈ ਹੈ। ਬੀਤਦਾ ਹੋਇਆ ਸਮਾਂ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ ਜੁੜ ਗਿਆ। ਅਮਰੀਕਾ ਦੀ ਬੱਚੀ ਅਗਲੀ ਰੇਡ ਪਾਉਣ ਦੇ ਲਈ ਬਿਲਕੁਲ ਤਿਆਰ ਬਰ ਤਿਆਰ, ਚਾਰ ਮਟਿਆਰਾਂ ਸਾਹਮਣੇ ਖੜੀਆਂ। ਹੱਟ ਕਬੱਡੀ ਯਾਰਾਂ ਦੀ ਇਹ ਖੇਡ ਹੋਈ ਮਟਿਆਰਾਂ ਦੀ, ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ, ਪੁਆਇੰਟ ਅਮਰੀਕਾ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਹਾਂਜੀ ਬਾਬਾ ਜਾਨਕੀ ਦਾਸ ਜੀ, ਦੋਨੇ ਟੀਮਾਂ ਜਿਹੜੀਆਂ ਲਾਈਨ ਅਪ ਹੋਣਗੀਆਂ, ਬਾਬਾ ਜਾਨਕੀ ਦਾਸ ਜੀ ਉਹਨਾਂ ਦੇ ਨਾਲ ਜਿੰਨੀਆਂ ਵੀ ਪਤਵੰਤੀਆਂ ਸ਼ਖਸੀਅਤਾਂ ਸਟੇਜ ਤੇ ਬੈਠੀਆਂ ਨੇ ਉਹ ਮੈਦਾਨ ਦੇ ਵਿੱਚ ਆਉਣਗੀਆਂ। ਬਾਬਾ ਜਾਨਕੀ ਦਾਸ ਜੀ ਰਸਮੀ ਤੌਰ ਤੇ ਅੱਜ ਦੇ ਖੇਡ ਮੇਲੇ ਦੀ ਸ਼ੁਰੂਆਤ ਕਰਨਗੇ। ਬਾਬਾ ਜਾਨਕੀ ਦਾਸ ਜੀ ਗੱਦੀ ਨਸ਼ੀਨ ਠਾਕਰ ਦੁਆਰਾ ਬਾਬਾ ਕਮਲ ਦਾਸ ਜੀ, ਸੋ ਮੈਂ ਬਾਬਾ ਜਾਨਕੀ ਦਾਸ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਉਹ ਮੈਦਾਨ ਦੇ ਵਿੱਚ ਆਉਣ ਤੇ ਅੱਜ ਦੇ ਇਸ ਕਬੱਡੀ ਕੱਪ ਦੀ ਰਸਮੀ ਸ਼ੁਰੂਆਤ ਕਰਨ। ਬਾਬਾ ਜਾਨਕੀ ਦਾਸ ਜੀ, ਆਹ ਜਿਹੜਾ ਮੈਚ ਹੋਇਆ ਇਹਦੇ ਵਿੱਚ ਅਮਰੀਕਾ ਦੇ ਸਾਡੇ 20 ਤੇ ਜਫਰਵਾਲ ਦੇ 17 ਪੁਆਇੰਟ, ਅਮਰੀਕਾ ਦੀ ਟੀਮ ਜਫਰਵਾਲ ਤੋਂ ਜਿੱਤ ਗਈ। ਸੋ ਅਗਲੀਆਂ ਟੀਮਾਂ ਜਿਹੜੀਆਂ ਉਹ ਮੈਦਾਨ ਦੇ ਵਿੱਚ ਆ, ਲੋਕਲ ਮੁੰਡਿਆਂ ਦਾ ਮੈਚ ਹੋਣਾ। ਹਾਂਜੀ ਸੁਖਦੇਵ ਸਿੰਘ ਜੀ ਐਸਡੀਓ ਸਾਹਿਬ, ਬਾਬਾ ਜਾਨਕੀ ਦਾਸ ਜੀ ਦੇ ਨਾਂ ਤੇ 500 ਰੁਪਇਆ ਪੰਜਾਬੀ ਮਾਂ ਬੋਲੀ ਦਾ, ਕਬੱਡੀ ਦੇ ਬੋਲਾਂ ਦਾ ਮਾਣ ਕਰਦੇ ਹੋਏ। ਗਗਨ ਭਾਜੀ, ਗਗਨ ਭਾਜੀ ਇੱਕ ਮਿੰਟ, ਜਾਨਕੀ ਦਾਸ ਜੀ ਇਹਨਾਂ ਕਬੱਡੀ ਦੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕਰ ਜਾ ਰਹੇ ਆ ਖੇਡ ਦੇ ਗਰਾਊਂਡ ਦੇ ਵਿੱਚ। ਕਹਿੰਦੇ ਦੋ ਜਾਣੇ ਸੀ ਜਦੋਂ ਕੋਈ ਸਹਾਰਾ ਆਉਂਦਾ ਤੇ ਉਹਦੇ ਪਿਤਾ ਦੇਸ਼ ਤੋਂ ਵਾਰਿਆ ਮੈਂ ਤੇ ਮਾਤਾ ਗੁਜਰੀ ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਮੈਂ ਗੁਜ਼ਾਰਿਆ ਮੈਂ ਕਿ ਚਾਰ ਲਾਲ ਦਿੱਤੇ ਬੜੇ ਸੋਹਣੇ ਪ੍ਰਮਾਤਮਾ ਨੇ ਤੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ ਕਿ ਸਿੰਘੋ ਮੈਨੂੰ ਕੋਈ ਸ਼ਹਿਨਸ਼ਾਹ ਆਖੋ ਉਹ ਤਾਂ ਹਾਲੇ ਕਿਸਾ ਨਾਲ ਕਰ ਜੁਤਾਰਿਆ ਮੈਂ। ਅੱਜ ਗੱਡੀ ਵੇਲ ਯੂਥ ਸਪੋਰਟਸ ਕਲੱਬ ਟ੍ਰਿਬਿਊਟ ਤੇ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਹ ਵੱਡਾ